ਜੀ ਆਇਆਂ ਨੂੰ ਮੈਂ ਹਰਮਨਜੀਤ ਸਿੰਘ ਧਾਦਲੀ ਟੀਮ ਲੀਡ ਸਾਊਥ ਕੋਸਟ ਖੇਤੀਬਾੜੀ ਤੇ ਖੁਰਾਕ ਮੰਤਰਾਲਾ ਬ੍ਰਿਸ਼ਟ ਕੋਲੰਬੀਆ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਸੋ ਮੈਂ ਅੱਜ ਤੁਹਾਡੇ ਨਾਲ ਗੱਲ ਕਰਾਂਗਾ ਬ੍ਰਿਸ਼ਟ ਕੋਲੰਬੀਆ ਵਿੱਚ ਸੋਕੇ ਦੇ ਵਰਤਾਰੇ ਬਾਰੇ ਪਰ ਇਸ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਂ ਪੈਂਟਿੰਗਟਨ ਤੋਂ ਬੋਲ ਰਿਹਾ ਤੇ ਇੱਥੇ ਦੇ ਮੂਲ ਨਿਵਾਸੀਆਂ ਦਾ ਸਿਲਕ ਲੋਕਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦੀ ਧਰਤੀ ਉੱਤੇ ਮੈਂ ਰਹਿ ਕੇ ਇੱਥੇ ਆਨੰਦ ਮਾਣ ਰਿਹਾ ਤੇ ਮੈਨੂੰ ਰਹਿਣ ਦਾ ਮੌਕਾ ਮਿਲਿਆ ਸੋ ਆਪਾਂ ਉਹ ਗੱਲ ਕਰਦੇ ਹਾਂ ਰਿਸ਼ ਕੰਮਬੀਆ ਦੇ ਵਿੱਚ ਜਿਹੜਾ ਸੋਕੇ ਦਾ ਖਤਰਾ ਬਣਿਆ ਹੋਇਆ ਉਸ ਦੇ ਵਿੱਚ ਕੀ ਕੀ ਗੱਲਾਂ ਨੇ ਤੇ ਉਹਦੇ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਮੰਤਰਾਲੇ ਵੱਲੋਂ ਤਾਂ ਕਿਸਾਨਾਂ ਦੇ ਲਈ ਪ੍ਰੋਡਿਊਸਰਜ਼ ਦੇ ਲਈ ਕੀ ਕਿਸ ਕਿਸ ਕਸਮ ਦੀਆਂ ਸਹਾਇਤਾ ਜਾਂ ਉਹਨਾਂ ਲਈ ਕੀ ਕੀ ਕੀਤਾ ਜਾ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਅੱਜ ਦੀ ਗੱਲਬਾਤ ਦਾ ਵਿਸ਼ਾ ਰਹੇਗਾ ਅਸੀਂ ਖੇਤੀਬਾੜੀ ਦੇ ਸੋਕੇ ਦੇ ਪ੍ਰਭਾਵ ਬਾਰੇ ਕੀ ਜਾਣਦੇ ਹਾਂ ਸਭ ਤੋਂ ਪਹਿਲਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਇਸ ਦੇ ਨਾਲ ਹੀ ਕਰਾਂਗੇ ਖੇਤੀਬਾੜੀ ਉਤਪਾਦਕਾਂ ਕੋਲੇ ਸੋਕੇ ਤੋਂ ਬਚਾ ਲਈ ਅਤੇ ਤਿਆਰੀ ਕਰਨ ਲਈ ਕਿਹੜੇ ਕਿਹੜੇ ਸਰੋਤ ਹਨ ਜਿਹੜੇ ਕਿ ਖੇਤੀਬਾੜੀ ਮੰਤਰਾਲੇ ਵੱਲੋਂ ਨਾਲ ਹੀ ਰੱਖੇ ਗਏ ਹਨ ਜਾਂ ਉਹਨਾਂ ਨੂੰ ਉਪਲਬਧ ਹਨ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਵੀ ਸੋਕੇ ਦੌਰਾਨ ਖੇਤੀਬਾੜੀ ਅਤੇ ਖੁਰਾਕ ਮੰਤਰਾਲੇ ਦੀ ਭੂਮਿਕਾ ਕੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਵੀ ਖੇਤੀ ਤੇ ਸੋਕੇ ਦੇ ਪ੍ਰਭਾਵਾਂ ਬਾਰੇ ਸਾਡੀ ਸਮਝ ਕੀ ਹੈ ਸੋ ਸਾਨੂੰ ਆਪਾਂ ਜਿਵੇਂ ਸਮਝਦੇ ਆਂ ਵੀ ਜਿਹੜਾ ਜਦੋਂ ਸੋਕਾ ਪੈਂਦਾ ਹੈ ਪਾਣੀ ਦੀ ਉਪਲਬਧਤਾ ਘਟ ਜਾਂਦੀ ਹੈ ਤਾਂ ਉਸ ਦਾ ਨੁਕਸਾਨ ਕੀ ਹੁੰਦਾ ਵੀ ਫਸਲਾਂ ਨੂੰ ਨੁਕਸਾਨ ਹੁੰਦਾ ਹੈ ਫਸਲਾਂ ਦੀ ਗੁਣਵੱਤਾ ਯਾਨੀ ਕਿ ਕੁਆਲਿਟੀ ਘਟ ਜਾਂਦੀ ਹੈ ਅਤੇ ਫਸਲਾਂ ਦਾ ਝਾੜ ਵੀ ਘਟ ਜਾਂਦਾ ਹੈ ਇਸ ਤੇ ਨਾਰੀ ਆਪਾਂ ਇਹ ਦੇਖਿਆ ਕਿ ਲਗਾਤਾਰ ਬਹੁਤ ਸਾਲਲੇ ਸੋਕੇ ਅਤੇ ਮੌਸਮ ਬੁਗਾ ਮੌਸਮੀ ਵਿਗਾੜ ਦਾ ਸਦਾਬਹਰ ਫਸਲਾਂ ਦੀ ਸਿਹਤ ਤੇ ਸੰਚਿਤ ਪ੍ਰਭਾਵ ਪੈਂਦਾ ਹੈ। ਯਾਨੀ ਮੌਸਮ ਵਿਗਾੜ ਗੱਲ ਕਰਦੇ ਆ ਵੀ ਕਦੇ ਬਹੁਤ ਜ਼ਿਆਦਾ ਮੀਂਹ ਜਾਂ ਬਹੁਤ ਜ਼ਿਆਦੀ ਗਰਮੀ ਜਾਂ ਬਹੁਤ ਜ਼ਿਆਦਾ ਮੀਂਹ ਨਾ ਪੈਣ ਕਰਕੇ ਜਿਹੜੇ ਆਉਂਦੇ ਆ ਤੇ ਜਿਹੜਾ ਸੰਚਿਤ ਪ੍ਰਭਾਵ ਹੁੰਦਾ ਵੀ ਲਗਾਤਾਰਤਾ ਦੇ ਵਿੱਚ ਵੀ ਪਹਿਲੇ ਸਾਲ ਵੀ ਸੋਕਾ ਪੈ ਗਿਆ ਅਗਲੇ ਸਾਲ ਵੀ ਸੋਕਾ ਪੈ ਗਿਆ ਸੋ ਲਗਾਤਾਰ ਉਹਨਾਂ ਦੇ ਨਾਲ ਆਪਣੀ ਜਿਹੜੀ ਖੇਤੀ ਨੂੰ ਕਈ ਤਰ੍ਹਾਂ ਦੇ ਨੁਕਸਾਨ ਹੁੰਦੇ ਆ ਪ੍ਰਭਾਵ ਪੈਂਦੇ ਆ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਸੋ ਇਸ ਦੇ ਨਾਲ ਹੀ ਜਿਹੜਾ ਸੋਕੇ ਦੇ ਪਸ਼ੂਆਂ ਦੀ ਸਿਹਤ ਅਤੇ ਉਹਨਾਂ ਦੀ ਉਤਪਾਦਕਤਾ ਤੇ ਕੀ ਅਸਰ ਪੈਂਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸੋ ਇਸ ਦੇ ਨਾਲ ਹੀ ਦੂਰਗਾਮੀ ਲੰਮੀ ਮਿਆਦ ਤੇ ਪ੍ਰਭਾਵ ਜਿਵੇਂ ਕਿ ਪਸ਼ੂਆਂ ਦੇ ਉੱਪਰ ਪੈਂਦੇ ਆ ਵੀ ਸੰਚਾਲਨ ਲਾਗਤ ਵਿੱਚ ਵਾਧਾ ਹੋ ਜਾਂਦਾ ਹੈ ਉਹਨਾਂ ਦੀ ਆਪਾਂ ਨੂੰ ਜਿਹੜੀ ਖਰਚਾ ਜਿਹੜੇ ਵੱਧ ਜਾਂਦੇ ਆ ਇਸ ਦੇ ਨਾਲ ਹੀ ਜਿਹੜੀ ਫੀਡ ਬਦਲਣ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਵੀ ਪਹਿਲਾਂ ਕੋਈ ਹੋਰ ਚਾਰਾ ਸੀ ਉਹ ਮਰ ਗਿਆ ਤੇ ਆਪਾਂ ਨੂੰ ਹੋਰ ਚਾਰਾ ਦਾ ਪ੍ਰਬੰਧ ਕਰਨਾ ਪਏਗਾ ਇਦਾਂ ਹੀ ਜਦੋਂ ਸੁੱਕੇ ਜਾਂ ਗਰਮੀ ਦੇ ਚੱਲਦੇ ਆ ਝੁੰਡ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਪਸ਼ੂਆਂ ਦੀ ਗਿਣਤੀ ਵੀ ਘਟ ਜਾਂਦੀ ਹੈ ਸੋ ਇਹਨਾਂ ਗੱਲਾਂ ਫਸਲਾਂ ਦਾ ਝਾੜ ਘਟਣ ਜਾਂ ਆਪਣੇ ਜੱਟ ਪਸ਼ੂਆਂ ਦੀ ਉਤਪਾਦਕਤਾ ਘਟਣ ਦੇ ਨਾਲ ਜਿਹੜਾ ਕਿਸਾਨਾਂ ਦੇ ਉੱਪਰ ਤਣਾਅ ਆ ਜਾਂਦਾ ਕਿ ਉਹਨਾਂ ਦੀ ਮਾਨਸਿਕ ਸਿਹਤ ਤੇ ਪ੍ਰਭਾਵ ਪੈਂਦੇ ਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਸਕਦੇ ਆ ਸੋ ਆਓ ਗੱਲ ਕਰਦੇ ਆਪਾਂ ਉਤ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਉਤਪਾਦਕਾਂ ਤੇ ਸੋਕੇ ਦੀ ਤਿਆਰੀ ਵਿੱਚ ਕਿਵੇਂ ਮਦਦ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਇਹ ਹੈ ਵੀ ਖੇਤੀ ਵਿੱਚ ਪਾਣੀ ਦੇ ਪ੍ਰਬੰਧਨ ਵਿੱਚ ਸਹਾਇਤਾ ਲਈ ਤਕਨੀਕ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਨੰਬਰ ਤੋਂ ਤੇ ਪਾਣੀ ਦੇ ਪ੍ਰਬੰਧਨ ਅਤੇ ਸੋਕੇ ਦੀ ਤਿਆਰੀ ਲਈ ਵਿੱਤੀ ਸਹਾਇਤਾ ਦੇ ਪ੍ਰੋਗਰਾਮ ਚਲਾਏ ਜਾਂਦੇ ਹਨ ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਖੇਤੀ ਵਿੱਚ ਪਾਣੀ ਦੇ ਸੁਧਰੇ ਪ੍ਰਬੰਧ ਲਈ ਗਿਆਨ ਅਤੇ ਸਮਰਥਾ ਵਿਕਾਉਣ ਲਈ ਸਿਖਲਾਈ ਕੀਤੀ ਜਾਂਦੀ ਹੈ ਜਿਹਦੇ ਵਿੱਚ ਵਰਕਸ਼ਾਪਸ ਲਾਈਆਂ ਜਾਂਦੀਆਂ ਤਾਂਕਿ ਕਿਸਾਨਾਂ ਨੂੰ ਇਹ ਦੱਸਿਆ ਜਾ ਸਕੇ ਨਵੀਆਂ ਤਕਨੀਕਾਂ ਨੂੰ ਵਰਤ ਕੇ ਕਿਵੇਂ ਉਹ ਪਾਣੀ ਦੀ ਸੰਜਮ ਵਰਤ ਨਾਲ ਵਰਤੋਂ ਕਰ ਸਕਦੇ ਆ ਤੇ ਕਿਵੇਂ ਸੋਕੇ ਦਾ ਟਕਰਾ ਕਰ ਸਕਦੇ ਆ ਸੋ ਸੋਕੇ ਦੇ ਬਚਾ ਲਈ ਖੇਤੀਬਾੜੀ ਵਿਭਾਗ ਵੱਲੋਂ ਵੱਖ-ਵੱਖ ਤੱਥ ਪੱਤਰ ਤਿਆਰ ਕੀਤੇ ਗਏ ਹਨ ਜਿਹੜੇ ਕਿ ਤੁਸੀਂ ਖੇਤੀ ਵਿੱਚ ਸੋਕਾ ਵੈਬ ਪੇਜ ਦੇ ਉੱਪਰ ਜਾ ਕੇ ਉਹਨਾਂ ਨੂੰ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਸੋ ਇਹ ਤੱਥ ਪੱਤਰ ਇਦਾਂ ਨੇ ਜਿਵੇਂ ਸੋਕੇ ਤੋਂ ਬਚਾਅ ਦੇ ਸਰੋਤਾਂ ਲਈ ਸੰਖੇਪ ਸਲਾਹ ਸੋਕਾ ਪ੍ਰਬੰਧਨ ਲਈ ਮੁੱਢਲੇ ਸੁਝਾਅ ਫਾਰਮ ਵਾਟਰ ਸਟੋਰੇਜ ਬਾਰੇ ਸਲਾਹ ਸੀਮਤ ਪਾਣੀ ਦਾ ਸਿੰਚਾਈ ਦੇ ਫੈਸਲੇ ਕਿਵੇਂ ਲਈਏ ਬੀਸੀ ਵਿੱਚ ਸਿੰਚਾਈ ਪ੍ਰਬੰਧਨ ਲਈ ਸਲਾਹ ਸਿੰਚਾਈ ਦੇ ਪਾਣੀ ਨੂੰ ਬਚਾਉਣ ਲਈ ਸੁਝਾਅ ਖੇਤਾਂ ਵਿੱਚ ਪਾਣੀ ਨੂੰ ਬਚਾਉਣ ਲਈ ਸੁਝਾਅ ਇੱਥੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਕੀ ਤੁਸੀਂ ਇਹਨਾਂ ਸਰੋਤਾਂ ਬਾਰੇ ਜਾਣੂ ਸੀ ਕੀ ਤੁਸੀਂ ਇਹਨਾਂ ਸਰੋਤਾਂ ਦੀ ਕਦੇ ਵਰਤੋਂ ਕੀਤੀ ਹੈ ਤੁਸੀਂ ਹੋਰ ਇਹਨਾਂ ਤੋਂ ਬਿਨਾਂ ਜਿਹੜੇ ਇਹ ਲਿਸਟ ਦਿੱਤੀ ਹੈ ਇਹਨਾਂ ਤੋਂ ਬਿਨਾਂ ਹੋਰ ਤੁਸੀਂ ਕਿਹੜੇ ਦੇਖਣੇ ਚਾਹੋਗੇ ਸੋ ਇਸੇ ਤਰ੍ਹਾਂ ਸੋਕੇ ਤੋਂ ਬਚਾ ਲਈ ਜਾਨੀ ਕਿ ਪਸ਼ੂਆਂ ਤੇ ਚਾਰੇ ਬਾਰੇ ਵੀ ਮੁੱਖ ਤੱਥ ਪੱਤਰ ਤਿਆਰ ਕੀਤੇ ਗਏ ਹਨ ਜਿਨ੍ਹਾਂ ਦੇ ਵਿੱਚ ਜਾਨੀ ਕਿ ਸੋਕੇਦਾਰਾਂ ਚਰਾਉਣ ਲਈ ਜ਼ਮੀਨਾਂ ਦਾ ਪ੍ਰਬੰਧ ਕਰਨਾ ਪਸ਼ੂਆਂ ਲਈ ਪਾਣੀ ਦਾ ਕਿਤਾਬਚਾ ਸੋਕੇ ਦੌਰਾਨ ਚਾਰੇ ਵਾਲੀਆਂ ਫਸਲਾਂ ਲਈ ਸਿੰਚਾਈ ਦਾ ਪ੍ਰਬੰਧ ਕਰਨਾ ਸੋਕੇ ਦੀ ਸਤਿਆਂ ਵਿੱਚ ਅਲਫਾ ਅਲਫਾ ਲਈ ਸਿੰਚਾਈ ਦਾ ਪ੍ਰਬੰਧ ਕਰਨਾ ਸੋਕੇ ਦੀਆਂ ਸਥਿਤੀਆਂ ਵਿੱਚ ਚਾਰੇ ਦੀਆਂ ਫਸਲਾਂ ਲਈ ਸਿੰਚਾਈ ਦਾ ਪ੍ਰਬੰਧ ਕਰਨਾ ਸੋ ਤੁਸੀਂ ਦੇਖ ਸਕਦੇ ਹੋ ਵੀ ਅਲਫਾ ਅਲਫਾ ਲਈ ਇੱਕ ਸਪੈਸ਼ਲ ਤੱਤ ਪੱਤਰੀ ਹੈ ਤੇ ਇਸੇ ਤਰ੍ਹਾਂ ਬਾਕੀ ਫਸਲਾਂ ਲਈ ਅੱਡ ਤੱਤ ਪੱਤਰੀ ਹੈ ਇਸ ਤੋਂ ਇਲਾਵਾ ਬੀਸੀ ਵਿੱਚ ਪਸ਼ੂ ਉਤਪਾਦਕਾਂ ਲਈ ਸੋਕੇ ਦੇ ਪ੍ਰਬੰਧਨ ਦੇ ਸਰੋਤ ਪਸ਼ੂਆਂ ਲਈ ਪਾਣੀ ਦੀ ਗੁਣਵੱਤਾ ਕਿ ਪਾਣੀ ਗਰਮੀ ਦੇ ਵਿੱਚ ਮੌਸਮ ਦੇ ਵਿੱਚ ਪਸ਼ੂਆਂ ਨੂੰ ਕਿੰਦਾ ਦਾ ਪਾਣੀ ਆਪਾਂ ਨੇ ਕਿੰਨਾ ਪਾਣੀ ਤੇ ਉਹਦੀ ਕੁਆਲਿਟੀ ਕੀ ਹੋਣੀ ਚਾਹੀਦੀ ਉਹਦੇ ਬਾਰੇ ਵੀ ਤੱਤ ਪੱਤਰ ਹੈ ਇਸ ਤੋਂ ਇਲਾਵਾ ਚਰਾੰਤਾਂ ਤੇ ਚਾਰੇ ਦੀ ਪੁਨਰਸੁਜੀਤੀ ਲਈ ਕੀ ਵਿਕਲਪ ਹੋ ਸਕਦੇ ਹਨ ਕਿਉਂਕਿ ਜੇ ਗਰਮੀ ਕਰਕੇ ਸਾਡਾ ਚਾਰਾ ਮਰ ਗਿਆ ਤਾਂ ਉਹਨੂੰ ਆਪਾਂ ਕਿਵੇਂ ਦੁਆਰੇ ਉੱਥੇ ਬੀਜ ਸਕਦੇ ਹਾਂ ਜਾਂ ਕਿਵੇਂ ਉਹਨੂੰ ਦੁਆਰੇ ਹਰਾ ਕਰ ਸਕਦੇ ਹਾਂ ਉਸ ਬਾਰੇ ਵੀ ਤੱਥਪੱਤਰੀਆਂ ਤਿਆਰ ਕੀਤੀਆਂ ਗਈਆਂ ਹਨ ਸੋ ਇਸ ਤੋਂ ਇਲਾਵਾ ਤੱਥਪੱਤਰੀਆਂ ਤੋਂ ਇਲਾਵਾ ਇੱਕ ਬਹੁਤ ਹੀ ਮਹੱਤਵਪੂਰਨ ਜਿਹੜੇ ਆਨਲਾਈਨ ਟੂਲ ਖੇਤੀਬਾੜੀ ਵਿਭਾਗ ਵੱਲੋਂ ਤੁਹਾਡੇ ਲਈ ਉਪਲਬਧ ਹਨ ਇੱਕ ਹੈ ਮੌਸਮ ਸਟੇਸ਼ਨ ਤੇ ਸਿੰਚਾਈ ਕੈਲਕੂਲੇਟਰ ਸੋ ਆਪਾਂ ਪਾਣੀ ਦੇ ਸਰੋਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸਿੰਚਾਈ ਦੀ ਸਮਸਾਰਣੀ ਨੂੰ ਵਧੀਆ ਬਣਾਇਆ ਜਾ ਸਕਦਾ ਹੈ ਜਿਵੇਂ ਆਪਾਂ ਜਾਣਦੇ ਹਾਂ ਵੀ ਆਪਣੇ ਕੋਲ ਪਾਣੀ ਥੋੜਾ ਹੋਵੇ ਤਾਂ ਆਪਾਂ ਉਹਨੂੰ ਸੰਜਮ ਨਾਲ ਉਸ ਸਮੇਂ ਵਰਤੀਏ ਜਦੋਂ ਪੌਦਿਆਂ ਨੂੰ ਸਭ ਤੋਂ ਵੱਧ ਲੋੜ ਆ ਤਾਂ ਉਹਦੇ ਨਾਲ ਆਪਾਂ ਪਾਣੀ ਦੀ ਵੀ ਬਚਾ ਸਕਦੇ ਹਾਂ ਤੇ ਆਪਾਂ ਆਪਣੀ ਫਸਲ ਨੂੰ ਵੀ ਬਚਾ ਸਕਦੇ ਹਾਂ ਸੋ ਉਹਦੇ ਵਾਸਤੇ ਇਹ ਮੌਸਮ ਸਟੇਸ਼ਨ ਤੇ ਸਿੰਚਾਈ ਕੈਲਕੂਲੇਟਰ ਬਹੁਤ ਸਹਾਈ ਹੁੰਦੇ ਹਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸ਼ੂਬੇ ਦੇ ਵਿੱਚ ਸੰਗੀ ਸੁਬਾਈ ਮਿਊਸਿਪਲ ਅਤੇ ਨਿੱਜੀ ਨੈਟਵਰਕਾਂ ਦੇ ਲਗਭਗ 200 ਤੋਂ ਵੱਧ ਮੌਸਮ ਸਟੇਸ਼ਨ ਹਨ ਇਹ ਸਾਰੇ ਮੌਸਮ ਸਟੇਸ਼ਨ ਫਾਰਮ ਵੈਸਟ ਦੇ ਨਾਲ ਜੁੜੇ ਹੋਏ ਹਨ ਤੇ ਸਿੰਚਾਈ ਕੈਲਕੂਲੇਟਰ ਦੇ ਨਾਲ ਵੀ ਜੁੜੇ ਹੋਏ ਹਨ ਸੋ ਇਹ ਜਿਹੜਾ ਸਿੰਚਾਈ ਕੈਲਕੂਲੇਟਰ ਆ ਇਹ ਰੋਜ਼ਾਨਾ ਵਾਸ਼ਪੀਕਰਨ ਦੀਆਂ ਦਰਾਂ ਦੇ ਆਧਾਰ ਤੇ ਆਪਣੀ ਜ਼ਮੀਨ ਨੂੰ ਕਿੰਨਾ ਪਾਣੀ ਲਾਉਣ ਦੀ ਲੋੜ ਆ ਉਹਦੀ ਉਹਦੇ ਬਾਰੇ ਅਸੀਂ ਜਾਣ ਸਕਦੇ ਹਾਂ ਸੋ ਇਹ ਆਨਲਾਈਨ ਟੂਰ ਆ ਤੁਸੀਂ ਇਹਦੇ ਵਰਤੋਂ ਕਰਕੇ ਆਪਣੀ ਜਿਹੜੀ ਸਿੰਚਾਈ ਦੀ ਸਾਰਨੀਆ ਉਹਨੂੰ ਵਧੀਆ ਬਣਾ ਸਕਦੇ ਹੋ ਇਸ ਤੋਂ ਇਲਾਵਾ ਸੋ ਕਿ ਤੋਂ ਬਚਾ ਲਈ ਤਿਆਰੀ ਲਈ ਪ੍ਰੋਗਰਾਮ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਹੈਗਾ ਵਾਤਾਵਰਣ ਫਾਰਮ ਯੋਜਨਾ ਜਿਹਨੂੰ ਕਿ ਅਸੀਂ এনवायरमेंटਲ ਫਾਰਮ ਪਲਾਨ ਵੀ ਕਹਿ ਦਿੰਦੇ ਆ ਸੋ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਕਰਨ ਯੋਗ ਹਨ ਨਵੇਂ ਜਾਂ ਮੌਜੂਦਾ ਸਿਸਟਮ ਦਾ ਵਿਸਤਾਰ ਅਪਗ੍ਰੇਡ ਸਿੰਚਾਈ ਸਿਸਟਮ ਆਪਣਾ ਟਿੱਕੀ ਬਣਾਉਣੀ ਡੈਮ ਬਣਾਉਣਾ ਜਲ ਭੰਡਾਰਨ ਬਣਾਉਣਾ ਵੀ ਦੇ ਪਾਣੀ ਨੂੰ ਇਕੱਠਾ ਕਰਦਾ ਸਿਸਟਮ ਇਸ ਤੋਂ ਇਲਾਵਾ ਸਿੰਚਾਈ ਪ੍ਰਣਾਲੀ ਦਾ ਪ੍ਰਬੰਧਨ ਜਾਂ ਸ਼ਡਿਊਲਿੰਗ ਜਿਹੜੀ ਆਪਾਂ ਪਹਿਲਾਂ ਗੱਲ ਕਰ ਸਕੇ ਹਟਿਆ ਵੀ ਜਾਂ ਤਾਂ ਆਪਾਂ ਉਹ ਫਾਰਮ ਵੈਸਟ ਦੇ ਜਿਹੜੇ ਕੈਲਕੂਲੇਟਰ ਦੇ ਨਾਲ ਪਾਣੀ ਲਾ ਸਕਦੇ ਆ ਜਾਂ ਆਪਾਂ ਮਿੱਟੀ ਦੀ ਨਮੀ ਦੇਖ ਕੇ ਆਪਾਂ ਪਾਣੀ ਲਾ ਸਕਦੇ ਆ ਜੋ ਮਿੱਟੀ ਦੀ ਨਮੀ ਦੇਖਣ ਵਾਲੇ ਮੀਟਰ ਇੰਸਟਾਲ ਕਰਨੇ ਆ ਜਾਂ ਮੌਸਮ ਸਟੇਸ਼ਨ ਆਪਾਂ ਨੇ ਖੇਤਾਂ ਦੇ ਵਿੱਚ ਲਾਉਣੇ ਆ ਤਾਂ ਉਹਦੇ ਲਈ ਵੀ ਸਹਾਇਤਾ ਮਿਲ ਸਕਦੀ ਹੈ ਇਸ ਤੋਂ ਇਲਾਵਾ ਖੇਤਾਂ ਨੂੰ ਪਾਣੀ ਪਹੁੰਚਾਉਣ ਦੇ ਲਈ ਸਿਸਟਮ ਲਈ ਵੀ ਮਦਦ ਮਿਲ ਸਕਦੀ ਹੈ ਇਹਨਾਂ ਪ੍ਰੋਗਰਾਮਾਂ ਲਈ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਥੱਲੇ ਦੱਸਿਆਂ ਵਸਤੇ ਇੱਕ ਹੈਗਾ ਨੰਬਰ ਸਿੰਚਾਈ ਪ੍ਰਣਾਲੀ ਦੇ ਮਲਾਂਕਣ ਯੋਜਨਾਵਾਂ ਲਈ ਅਤੇ ਦੂਸਰਾ ਹੈ ਇੰਜੀਨੀਅਰਿੰਗ ਤਕਨੀਕੀ ਡਿਜ਼ਾਈਨ ਤੇ ਮਲਾਂਕਣ ਲਈ ਇਹਦੇ ਲਈ ਕੌਣ ਕੌਣ ਯੋਗ ਆ ਬੀਸੀ ਵਿੱਚ ਜਿਨ੍ਹਾਂ ਫਾਰਮਾਂ ਚਰਾਂਦਾ ਨੇ ਇੱਕ ਵਾਤਾਵਰਣ ਫਾਰਮ ਯੋਜਨਾ ਨੂੰ ਪੂਰਾ ਕੀਤਾ ਹੈ ਅਤੇ ਫਾਰਮ ਦਾ ਕਾਨੂੰਨੀ ਦਰਜਾ ਹੈ ਦੂਜੇ ਨੰਬਰ ਤੇ ਜਿਹੜੇ ਆਪਣੇ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਖੇਤੀਬੰਦਿਆਰ ਉਹ ਵੀ ਇਸ ਸਹਾਇਤਾ ਲਈ এনवायरमेंटਲ ਫਾਰਮ ਪਲਾਨ ਜਾਂ ਬੈਨੀਫੀਸ਼ੀਅਰੀ ਮੈਨੇਜਮੈਂਟ ਪ੍ਰੈਕਟਿਸਿਸ ਦੀ ਵਿੱਚ ਜਿਹੜੀ ਸਹਾਇਤਾ ਉਹ ਲੈ ਸਕਦੇ ਆ ਇਸ ਨੂੰ ਸਹਾਇਤਾ ਨੂੰ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਇਹ ਜਿਹੜਾ ਦਿੱਤਾ ਗਿਆ ਕੋਡ ਹੈ ਨੂੰ ਸਕੈਨ ਕਰ ਸਕਦੇ ਹੋ ਤੇ ਤੁਸੀਂ ਸਿੱਧਾ ਇੱਥੇ ਲਿੰਕ ਤੇ ਜਾ ਸਕਦੇ ਹੋ ਇਸ ਸਾਲ ਲਈ ਜਿਹੜੀ ਅਰਜਿਆ ਦੇਣ ਦੀ ਮਿਤੀ ਪੂਰੀ ਹੋ ਚੁੱਕੀ ਹੈ ਪਰ ਤੁਹਾਨੂੰ ਬੇਨਤੀ ਹੈ ਵੀ ਅਗਾਂ ਵਾਸਤੇ ਜਾਣਕਾਰੀ ਲੈਣ ਲਈ ਵੀ ਕਦੋਂ ਇਹਨਾਂ ਦੀਆਂ ਅਰਜੀਆਂ ਦੀ ਤਰੀਖ ਖੁੱਲੂਗੀ ਆਪ ਜੀ ਨੂੰ ਬੇਨਤੀ ਹੈ ਕਿ ਇਨਵੈਸਟਮੈਂਟ ਐਗਰੀਕਲਚਰ ਫਾਊਂਡੇਸ਼ਨ ਦਾ న్యూਸਲੇਟਰ ਤੁਸੀਂ ਰਜਿਸਟਰ ਕਰਾਓ ਤਾਂ ਜੋ ਤੁਹਾਨੂੰ ਉਹ ਜਾਣਕਾਰੀ ਮਿਲਦੀ ਰਹੇ ਇਸ ਤੋਂ ਕੇ ਸੋਕੇ ਤੋਂ ਬਚਾ ਦੇ ਤਿਆਰੀ ਲਈ ਆਪਾਂ ਹੋਰ ਕੀ ਕਰ ਸਕਦੇ ਹਾਂ ਵੀ ਖੇਤੀਬਾੜੀ ਜਲ ਬੁਨਿਆਦੀ ਢਾਂਚਾ ਪ੍ਰੋਗਰਾਮ ਬ੍ਰਿਜ ਕੋਲੰਬੀਆ ਸਰਕਾਰ ਵੱਲੋਂ ਲਾਗੂ ਕੀਤਾ ਗਿਆ ਜਿਸਦੇ ਵਿੱਚ ਕੀ ਯੋਗ ਹੈ ਅਵੀ ਖੇਤੀਬਾੜੀ ਜਲ ਸਪਲਾਈ ਲਈ ਬਲਾਂਕਣ ਇੰਜੀਨੀਅਰਿੰਗ ਦੇ ਅੰਜਿਆ ਯੋਜਨਾਵਾਂ ਸੋ ਜੇ ਆਪਾਂ ਨੇ ਆਪਣੇ ਖੇਤਾਂ ਦੇ ਵਿੱਚ ਜਾਂ ਆਪਾਂ ਪਾਣੀ ਲੈ ਕੇ ਆਉਣ ਲਈ ਕੋਈ ਯੋਜਨਾ ਬਣਾਉਣੀ ਕੋਈ ਪ੍ਰੋਜੈਕਟ ਬਣਾਉਣਾ ਤਾਂ ਉਹਦੀ ਆਪਾਂ ਟੈਕਨੀਕਲ ਸਟੱਡੀ ਕਰਾਉਣੀ ਆ ਉਹਦੇ ਲਈ ਤੁਹਾਨੂੰ ਵਿੱਤੀ ਸਹਾਇਤਾ ਮਿਲ ਸਕਦੀ ਹੈ ਸੋ ਇਸ ਦੇ ਨਾਲ ਹੀ ਨਵੇਂ ਜਾਂ ਸੁਧਰੇ ਹੋਏ ਜਲ ਸਟੋਰੇਜ ਸਿਸਟਮ ਅਤੇ ਡੈਮ ਦੇ ਲਈ ਵੀ ਆਪਾਂ ਨੂੰ ਸਹਾਇਤਾ ਮਿਲ ਸਕਦੀ ਆ ਇਸੇ ਦੇ ਨਾਲ ਹੀ ਖੇਤਾਂ ਲਈ ਬਾਹਰ ਤੋਂ ਪਾਣੀ ਪਹੁੰਚਾਉਣ ਲਈ ਪ੍ਰਣਾਲੀਆਂ ਜਿਵੇਂ ਪਾਈਪਲਾਈਨ ਆਪਾਂ ਨੇ ਵਿਛਾਉਣੀਆਂ ਹੁਣ ਤਾਂ ਉਹਦੇ ਲਈ ਵੀ ਵਿੱਤੀ ਸਹਾਇਤਾ ਮਿਲ ਸਕਦੀ ਹੈ ਇਹਦੇ ਲਈ ਕੌਣ ਕੌਣ ਯੋਗ ਹਨ ਨੰਬਰ 1 ਤੇ ਵਪਾਰਕ ਅਤੇ ਵਿਅਕਤੀ ਵਿਅਕਤੀਗਤ ਉਤਪਾਦਕ ਤੇ ਇਸ ਦੇ ਨਾਲ ਹੀ ਖੇਤੀਬਾੜੀ ਅਤੇ ਸੰਭਾਲ ਸਮੂਹ ਇਸ ਦੇ ਨਾਲ ਸਿੰਚਾਈ ਸੁਧਾਰ ਜ਼ਿਲ੍ਹੇ ਤੇ ਸਥਾਨਕ ਨਗਰਪਾਲ ਸਰਕਾਰਾਂ ਮੂਲ ਨਿਵਾਸੀ ਭਾਈਚਾਰੇ ਤੇ ਉਤਪਾਦਕ ਸੋ ਇਹਦੇ ਵਿੱਚ ਆਪਾਂ ਆਪਣੇ ਤੌਰ ਤੇ ਵੀ ਕਰ ਸਕਦੇ ਆ ਕਿਸਾਨ ਆਪਣੇ ਤੌਰ ਤੇ ਵੀ ਕਰ ਸਕਦਾ ਹੈ ਕੰਪਨੀ ਦੇ ਤੌਰ ਤੇ ਵੀ ਕਰ ਸਕਦਾ ਤੇ ਆਪਣੇ ਸ਼ਹਿਰਾਂ ਦੇ ਜਿਹੜੇ ਮਿਊਸਿਪੈਲਿਟੀਆਂ ਉਹ ਵੀ ਕਰ ਸਕਦੇ ਆ ਤੇ ਜਿਹੜੇ ਮੂਲ ਨਿਵਾਸੀ ਆ ਉਹ ਵੀ ਇਸ ਸਹਾਇਤਾ ਲਈ ਅਪਲਾਈ ਕਰਕੇ ਇਹਦਾ ਫਾਇਦਾ ਉਠਾ ਸਕਦੇ ਹਨ ਸੋ ਸੋਕੇ ਤੋਂ ਪਛਾਰ ਲਈ ਤਿਆਰੀ ਲਈ ਹੋਰ ਜਿਹੜੇ ਯਤਨ ਕੀਤੇ ਜਾ ਰਹੇ ਉਹਨਾਂ ਦੇ ਵਿੱਚ ਹੈ ਸਿਖਲਾਈ ਅਤੇ ਰਾਬਤੇ ਲਈ ਵਰਕਸ਼ਾਪਾਂ ਵਰਕਸ਼ਾਪਾਂ ਦੇ ਵਿੱਚ ਪਸ਼ੂ ਧਨ ਅਤੇ ਚਾਰਾ ਉਤਪਾਦਨ ਲਈ ਸੋਕੇ ਦੀ ਜਾਣਕਾਰੀ ਬਾਰੇ ਵਰਕਸ਼ਾਪਾਂ ਇਹ ਜਿਹੜੀਆਂ ਪੱਤਚੜ 223 ਦੇ ਵਿੱਚ ਲਾਈਆਂ ਗਈਆਂ ਸੀ ਉਹਦੇ ਵਿੱਚ ਜਾਣਕਾਰੀ ਪਾ ਕੇ ਸਾਂਝੇ ਕੀਤੇ ਗਏ ਜੋ ਹਲੇ ਵੀ ਪਹੁੰਚਾਂ ਤੁਸੀਂ ਉਹਨਾਂ ਦੀ ਆਨਲਾਈਨ ਜਾ ਕੇ ਤੁਸੀਂ ਸਾਡੇ ਤੋਂ ਪ੍ਰਾਪਤ ਕਰ ਸਕਦੇ ਹੋ ਇਸ ਦੇ ਨਾਲ ਹੀ ਖੇਤੀਬਾੜੀ ਜਲ ਪ੍ਰਬੰਧਨ ਵਰਕਸ਼ਾਪਾਂ ਦੀ ਆਰਗੇਨਾਈਜ਼ ਕੀਤੀਆਂ ਸਾਰੇ ਬੀਸੀ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਕਿੱਦਾਂ ਦਾ ਇਰੀਗੇਸ਼ਨ ਸਿਸਟਮ ਡਿਜ਼ਾਈਨ ਕਰਨਾ ਚਾਹੀਦਾ ਹੈ ਜਾਂ ਹੋਰ ਜਿਹੜੀਆਂ ਟੈਕਨੀਕਲ ਗੱਲਾਂ ਦੀ ਜਾਣਕਾਰੀ ਹੋਣੀ ਚਾਹੀਦੀ ਆ ਉਹਨਾਂ ਦੇ ਵਿੱਚ ਸਾਂਝੀ ਕੀਤੀ ਗਈ ਇਸ ਤੋਂ ਇਲਾਵਾ ਸਾਰੇ ਬੀਸੀ ਦੇ ਵਿੱਚ ਸੋਕੇ ਦੀ ਜਾਣਕਾਰੀ ਤੇ ਪਰਮੰਦਰਨ ਦੇ ਲਈ ਸ਼ਮੂਲੀਅਤ اجلاس ਕੀਤੇ ਗਏ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਵੀ ਸੋਕਾ ਸਾਨੂੰ ਕਿਵੇਂ ਅਫੈਕਟ ਕਰਦਾ ਕੀ ਇਹਦਾ ਕਾਨੂੰਨ ਆ ਜੇ ਆਪਾਂ ਉਹਦੇ ਵਿੱਚ ਪਾਣੀ ਨੂੰ ਬਚਾਉਣ ਬਾਰੇ ਜਾਂ ਜਿਹੜਾ ਪਾਣੀ ਨੂੰ ਰੋਕਣ ਪਾਣੀ ਨੂੰ ਵਰਤਨ ਤੋਂ ਰੋਕਣ ਲਈ ਜਿਹੜਾ ਪਾਣੀ ਵਾਟਰ ਸਸਟੇਨੇਬਿਲਟੀ ਐਕਟ ਆ ਉਹਦੇ ਵਿੱਚ ਕਿਵੇਂ-ਕਿਵੇਂ ਉਹਦੇ ਵਿੱਚ ਕੰਮ ਕੀਤਾ ਜਾਂਦਾ ਜਾਂ ਉਹਦੇ ਕਿਹੜੇ-ਕਿਹੜੇ ਆਦੇਸ਼ ਲਾਗੂ ਹੁੰਦੇ ਹਨ ਇਸ ਤੋਂ ਇਲਾਵਾ ਖੇਤ ਪ੍ਰਦਰਸ਼ਨੀਆਂ ਰਾਹੀਂ ਵੀ ਕਿਸਾਨ ਭਰਾਵਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਖੇਤੀਬਾੜੀ ਮੰਤਰਾਲੇ ਵੱਲੋਂ ਲਗਾਤਾਰ ਕੀਤੀ ਜਾਂਦੀ ਹੈ ਸੋ ਸੋਕੇ ਦੌਰਾਨ ਖੇਤੀਬਾੜੀ ਅਤੇ ਖੁਰਾਕ ਮੰਤਰਾਲਾ ਲੋਕਾਂ ਦੀ ਸਹਾਇਤਾ ਕਿਵੇਂ ਕਰਦਾ ਹੈ ਜਿਵੇਂ ਪਹਿਲਾਂ ਦੱਸ ਕੇਟਿਆਂ ਸੋਕੇ ਦੀਆਂ ਸਥਿਤੀਆਂ ਤੇ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕਰਕੇ ਪ੍ਰਭਾਵਾਂ ਨੂੰ ਸਮਝਣ ਅਤੇ ਤਰਕਦਾਰਤ ਫੈਸਲੇ ਲੈਣ ਵਿੱਚ ਸਹਾਇਤਾ ਕਰਕੇ ਇਸ ਤੋਂ ਇਲਾਵਾ ਸੋਕੇ ਦੇ ਟਾਕਰੇ ਲਈ ਸਹਿਯੋਗੀ ਪਹੁੰਚਾਂ ਦਾ ਸਮਰਥਨ ਕਰਕੇ ਸੋ ਸਹਿਯੋਗੀ ਪਹੁੰਚੇ ਆ ਵੀ ਜੇ ਆਪਾਂ ਆਪਣੇ ਇੱਕ ਇਲਾਕੇ ਦੇ ਵਿੱਚ ਸੋਕਾ ਪੈ ਰਿਹਾ ਤਾਂ ਉੱਥੇ ਆਪਾਂ ਆਪਸ ਦੇ ਵਿੱਚ ਰੜ ਕੇ ਵੀ ਇਸ ਚੀਜ਼ ਦਾ ਸੋਕੇ ਦਾ ਕਿਵੇਂ ਟੱਕ ਰਕਣਾ ਪਾਣੀ ਦੀ ਵਰਤੋਂ ਨੂੰ ਕਿਵੇਂ ਸਚਜੀ ਬਣਾਉਣਾ ਉਹਦੇ ਬਾਰੇ ਆਪਾਂ ਗੱਲ ਕਰਕੇ ਸੋਕੇ ਦਾ ਟੱਕਰਾ ਕਰ ਸਕਦੇ ਆ ਇਸ ਤੋਂ ਇਲਾਵਾ ਖੇਤੀਬਾੜੀ ਵਿਭਾਗ ਸੰਚਾਰ ਲਈ ਕੀ ਕਰ ਰਿਹਾ ਹੈ ਅਸੀਂ ਕੀ ਕਰ ਰਹੇ ਹਾਂ ਤੇ ਉਸ ਨੂੰ ਅਸੀਂ ਵਧੀਆ ਕੀ ਬਣਾਉਣਾ ਚਾਹੁੰਦੇ ਆ ਆਪਾਂ ਹੁਣ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਨੰਬਰ 1 ਤੇ ਐਗਰੀ ਸਰਵਿਸ ਬੀਸੀ ਈ ਬੁਲੇਟਿਨ ਆ ਜਿਹੜਾ ਉਹ ਅਸੀਂ ਮਹਿਕਮੇ ਵੱਲੋਂ ਲਗਾਤਾਰ ਜਾਰੀ ਕੀਤਾ ਜਾਂਦਾ ਹੈ ਹੁਣ ਸਾਡੀ ਕੋਸ਼ਿਸ਼ ਹੈ ਕਿ ਵੀ ਉਹਦੀ ਲਗਾਤਾਰਤਾ ਵਿੱਚ ਵਾਧਾ ਕੀਤਾ ਜਾਵੇ ਸੋ ਜਿਵੇਂ ਕਿ ਵੀ ਅੱਗੇ ਜੇ 3 ਮਹੀਨੇ ਬਾਅਦ ਆਉਂਦਾ ਸੀ ਤਾਂ ਉਹਨੂੰ ਹਰ ਮਹੀਨੇ ਬਾਅਦ ਜਿਹੜਾ ਹੀ ਬੁਲੇਟਿਨ ਤੁਹਾਡੇ ਨਾਲ ਸਾਂਝਾ ਕੀਤਾ ਜਾ ਸਕੇ ਇਸ ਦੇ ਨਾਲ ਹੀ ਸਾਡੀ ਕੋਸ਼ਿਸ਼ ਹੈ ਵੀ ਖੇਤਰੀ ਬੁਲੇਟਿਨ ਵੀ ਸ਼ੁਰੂ ਕੀਤਾ ਜਾਵੇ ਸੋ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਸਾਡੀ ਮੇਲਿੰਗ ਸੂਚੀ ਵਿੱਚ ਸ਼ਾਮਲ ਹੋਵੇ ਤਾਂ ਜੋ ਤੁਹਾਨੂੰ ਨਵੀਂ ਤੋਂ ਨਵੀਂ ਜਾਣਕਾਰੀ ਖੇਤੀ ਦਾ ਖੇਤੀ ਮਿਲਦੀ ਰਹੇ ਸੋ ਇਸ ਦੇ ਨਾਲ ਹੀ ਸਮਾਜਿਕ ਮਾਧਿਅਮ ਜਿਵੇਂ ਸੋਸ਼ਲ ਮੀਡੀਆ ਫੇਸਬੁੱਕ ਪੇਜ ਰਾਹੀਂ ਆ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਸੋ ਉਹਦੇ ਨਾਲ ਤੁਸੀਂ ਸਾਡੇ ਐਗਰੀ ਸਰਵਿਸ BC ਦੇ ਫੇਸਬੁੱਕ ਫੇਸਬੁੱਕ ਪੇਜ ਨਾਲ ਜੁੜੋ ਤਾਂ ਤੁਹਾਨੂੰ ਉੱਥੋਂ ਵਧੀਆ ਤੇ ਨਵੀਂ ਤੋਂ ਨਵੀਂ ਜਾਣਕਾਰੀ ਮਿਲਦੀ ਰਹੂਗੀ ਸੋ ਸੋਕੇ ਦੇ ਹਾਲਤਾਂ ਲਈ BC ਸੋਕਾ ਸੂਚਨਾ ਪੋਰਟਲ ਉੱਤੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਜਿਹੜਾ ਇੱਕ ਆਨਲਾਈਨ ਸੋਰਸ ਹੈ ਇਸ ਤੋਂ ਤੁਸੀਂ ਕਿਸੇ ਵੀ ਕਿਸਮ ਦੀ ਜਾਣਕਾਰੀ ਬਹੁਤ ਹੀ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਤੁਹਾਨੂੰ ਮਿਲ ਸਕਦੇ ਆ BC ਸੋਕਾ ਸੂਚਨਾ ਪੋਰਟਲ ਸੋ ਇਸ ਤੋਂ ਇਲਾਵਾ ਸੋਕੇ ਨਾਲ ਸੰਬੰਧਿਤ ਸੰਚਾਰ ਲਈ ਅਹ ਵਾਰਲਰਸ ਨਾਲ ਵੀ ਕੰਮ ਕਰਦੇ ਆਂ ਸੀ ਵਾਰਲਰਸ ਹੈਗਾ ਅਹ ਵਾਟਰ ਲੈਂਡ ਸੈਂਡ ਰਿਸੋਰਸ ਸਟੀਵਰਸ਼ਿਪ ਮਿਨਿਸਟਰੀ ਜਿਹਨੂੰ ਕਿ ਜੋ ਕਿ ਪਾਣੀ ਦੇ ਵਰਤੋਂ ਨੂੰ ਬੀਸੀ ਦੇ ਵਿੱਚ ਕੰਟਰੋਲ ਕਰਦੀ ਹੈ ਸੋ ਸੋਕੇ ਦੇ ਸਰੋਤਾਂ ਤੇ ਸਹਾਇਤਾ ਨੂੰ ਵਿਕਸਿਤ ਉਤਸ਼ਾਹਿਤ ਕਰਨ ਦੀ ਸਾਡੀ ਕੋਸ਼ਿਸ਼ ਹੈ ਮਹਿਕਮੇ ਦੀ ਲਗਾਤਾਰ ਸੋਕੇ ਦੇ ਫੈਸਲੇ ਤੇ ਪ੍ਰਭਾਵ ਦੇ ਫਸਲਾਂ ਤੇ ਪ੍ਰਭਾਵ ਵਾਲੇ ਉਦਯੋਗ ਸੰਗਠਨਾਂ ਨਾਲ ਸੰਪਰਕ ਕਰਕੇ ਅਸੀਂ ਜਿਹੜੇ ਫੈਸਲੇ ਲੈਂਦੇ ਆ ਇਹਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਆ ਜਿਵੇਂ ਬਲੂ ਬੇਰੀ ਕਾਉਂਸਲ ਆ ਜਾਂ ਗ੍ਰੇਪ ਗਰੋਅਰਸ ਐਸੋਸੀਏਸ਼ਨ ਆ ਫਰੂਟ ਗਰੋਅਰ ਐਸੋਸੀਏਸ਼ਨ ਆ ਵੀ ਉਹਨਾਂ ਨੇ ਨਾਲ ਸਲਾਹ ਕੀਤੀ ਜਾਵੇ ਤਾਂ ਜੇ ਕੋਈ ਫੈਸਲੇ ਲਈ ਜਾਂ ਤਾਂ ਉਹਨਾਂ ਦੀ ਜਿਹੜੀ ਸਲਾਹ ਹੋਊਗੀ ਉਸ ਨੂੰ ਪ੍ਰਭਾਵੀ ਢੰਗ ਨਾਲ ਅਸੀਂ ਗਾਂ ਅੱਗੇ ਸਾਂਝਾ ਕਰ ਸਕੀਏ ਸੋ ਇਸ ਤੋਂ ਇਲਾਵਾ ਭਾਈਚਾਰਕ ਇਕੱਠਾਂ ਵਿੱਚ ਗੱਲਬਾਤ ਰਹੀ ਅਤੇ ਸਿੱਧੀ ਪਹੁੰਚ ਰਹੀ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਜਿਹੜਾ ਕਿਸਾਨਾਂ ਤੱਕ ਮਹਿਕਮੇ ਦਾ ਸੰਚਾਰ ਆ ਜਿਹੜਾ ਉਹਨੂੰ ਵਧੀਆ ਕੀਤਾ ਜਾ ਸਕੇ ਸੋ ਇਸ ਤੋਂ ਇਲਾਵਾ ਜਲ ਭੂਮੀ ਅਤੇ ਸਰੋਤ ਪ੍ਰਬੰਧਨ ਮੰਤਰਾਲੇ ਦੇ ਦੀਆਂ ਸੋਕੇ ਦੇ ਕਾਰਵਾਈਆਂ ਦੇ ਪ੍ਰਭਾਵ ਨੂੰ ਸਮਝਣਾ ਸੋ ਹਾਲੇ ਤੱਕ ਮੈਂ ਜਿਹੜੀ ਗੱਲ ਕੀਤੀ ਉਹ ਖੇਤੀਬਾੜੀ ਵਿਭਾਗ ਦੀ ਗੱਲ ਕੀਤੀ ਹੈ ਹੁਣ ਆਪਾਂ ਜਲ ਭੂਮੀ ਸਰੋਤ ਅਤੇ ਪ੍ਰਬੰਧਨ ਵਿਭਾਗ ਦੀ ਸੋਕੇ ਅਤੇ ਕਾਰਵਾਈਆਂ ਦੇ ਪ੍ਰਭਾਵ ਬਾਰੇ ਗੱਲ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਜਿਹੜਾ ਜਲ ਭੂਮੀ ਅਤੇ ਸਰੋਤ ਪ੍ਰਬੰਧਨ ਮੰਤਰਾਲੇ ਵੱਲੋਂ ਮੱਛੀ ਜਨ ਸੰਖਿਆ ਸੁਰੱਖਿਆ ਆਦੇਸ਼ ਜਾਰੀ ਕਰਨ ਸਮੇਂ ਖੇਤੀਬਾੜੀ ਦੇ ਜਲ ਉਪਭੋਗਤਾਵਾਂ ਦੀ ਲੋੜਾਂ ਤੇ ਵਿਚਾਰ ਕੀਤਾ ਜਾਂਦਾ ਹੈ ਜਿਵੇਂ ਤੁਹਾਨੂੰ ਪਤਾ ਹੋਊਗਾ ਵੀ ਪਿਛਲੇ ਸਾਲ ਸੂਬੇ ਦੇ ਵਿੱਚ ਕਈ ਥਾਵਾਂ ਤੇ ਪਾਣੀ ਦੀ ਵਰਤੋਂ ਤੇ ਪਾਬੰਦੀ ਲਾਈ ਗਈ ਸੋ ਜਦੋਂ ਉਸ ਬਾਰੇ ਫੈਸਲਾ ਲਿਆ ਜਾਂਦਾ ਤਾਂ ਉਸ ਸਮੇਂ ਖੇਤੀਬਾੜੀ ਭਾਗ ਆ ਜਿਹੜਾ ਇਹ ਕਿਸਾਨਾਂ ਦੀਆਂ ਲੋੜਾਂ ਨੂੰ ਉੱਥੇ ਰੱਖਦਾ ਅੱਗੇ ਰੱਖਦਾ ਤੇ ਉਸ ਨੂੰ ਵਿਚਾਰ ਕੇ ਹੀ ਫੈਸਲਾ ਲਿਆ ਜਾਂਦਾ ਹੈ ਇਸ ਤੋਂ ਇਲਾਵਾ ਖੇਤੀਬਾੜੀ ਅਤੇ ਖੁਰਾਕ ਮੰਤਰਾਲਾ ਸੋਕੇ ਕਰਨ ਹੋਣ ਵਾਲੀਆਂ ਕਾਰਵਾਈਆਂ ਦੇ ਖੇਤੀ ਤੇ ਸੰਭਾਵੀ ਪ੍ਰਭਾਵ ਦਾ ਅਨੁਮਾਨ ਲਾਉਂਦਾ ਹੈ ਅਤੇ ਜਲ ਭੂਮੀ ਅਤੇ ਸਰੋਤ ਪ੍ਰਬੰਧਨ ਮੰਤਰਾਲੇ ਨੂੰ ਖੇਤੀਬਾੜੀ ਦੀਆਂ ਚਿੰਤਾਵਾਂ ਬਾਰੇ ਦੱਸਦਾ ਹੈ। ਸੋ ਇਸ ਤੋਂ ਇਲਾਵਾ ਜਲ ਭੂਮੀ ਅਤੇ ਸਰੋਤ ਪ੍ਰਬੰਧਨ ਮੰਤਰਾਲੇ ਦੀ ਗਵਾਈ ਵਾਲੇ ਸੋਕੇ ਕਾਰਜ ਸਮੂਹਾਂ ਵਿੱਚ ਖੇਤੀਬਾੜੀ ਅਤੇ ਖੁਰਾਕ ਮੰਤਰਾਲਾ ਖੇਤੀਬਾੜੀ ਹਿੱਤਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਖੇਤੀ ਮੁੱਦਿਆਂ ਬਾਰੇ ਆਵਾਜ਼ ਬੁਲੰਦ ਕਰਦਾ ਹੈ। ਸੋ ਸੋਕੇ ਦੌਰਾਨ ਖੇਤੀਬਾੜੀ ਦੀ ਮਦਦ ਦੇ ਲਈ ਔਰ ਜਾਨ ਸੋਕੇ ਦੇ ਟਾਕਰੇ ਲਈ ਪਾਈਚਾਰਕ ਸਹਿਮਤੀ ਆਧਾਰਤ ਹੱਲਾ ਨੂੰ ਸਥਾਪਿਤ ਕਰਨਾ ਹਮੇਸ਼ਾ ਹੀ ਸਾਡਾ ਖੇਤੀਬਾੜੀ ਵਿਭਾਗ ਦਾ ਇਹ ਇੱਕ ਜਣੀ ਕੋਸ਼ਿਸ਼ ਰਹੀ ਹੈ ਇਸ ਦੇ ਲਈ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਦਾਹਰਨ ਵਜੋਂ ਕੋਕਸੇਲਾ ਵਾਟਰਸ਼ੈਡ ਜਿਹੜਾ ਕਿ ਵੈਨਕੂਵਰ ਆਈਲੈਂਡ ਦੇ ਉੱਪਰ ਆ ਉੱਥੇ ਆਪਸੀ ਤਾਲਮੇਲ ਤੇ ਆਧਾਰਤ ਸਿੰਚਾਈ ਸਮਾ ਸਾਰਨੀ ਲਾਗੂ ਕੀਤੀ ਗਈ ਜਿਸ ਦੇ ਨਾਲ ਸਥਾਈ ਜਿਹੜਾ ਸੁਰੱਖਿਆਤ ਅਦੇਸ਼ ਸੀ ਜਿਹਦੇ ਵਿੱਚ ਕਿ ਪਾਣੀ ਵਰਤਨ ਤੇ ਪੂਰੀ ਰੋਕ ਲੱਗ ਜਾਂਦੀ ਆ ਉਹਨੂੰ ਟਾਲਣ ਦੇ ਵਿੱਚ ਮਦਦ ਮਿਲੀ ਕਿਉਂਕਿ ਇਸ ਨਾਲ ਇਹ ਹੋਇਆ ਵੀ ਜਦੋਂ ਪਾਣੀ ਨੂੰ ਆਪਸ ਦੇ ਵਿੱਚ ਸਹਿਮਤੀ ਦੇ ਨਾਲ ਉਹਦਾ ਪਾਣੀ ਲਾਉਣ ਲਈ ਸਮਾਂ ਸਾਰਨੀ ਨਿਸ਼ਚਿਤ ਕਰ ਲਈ ਗਈ ਤਾਂ ਉੱਥੋਂ ਪਾਣੀ ਲਗਾ ਇੱਕੇ ਦਮ ਸਾਰੇ ਕਿਸਾਨ ਉਤਪਾਦਕਾਂ ਵੱਲੋਂ ਨਹੀਂ ਵਰਤਿਆ ਗਿਆ ਸੋ ਉਹਦੇ ਨਾਲ ਇਹ ਹੋਇਆ ਵੀ ਜਿਹੜੇ ਅ 28 ਸੁਰੱਖਿਆ ਆਦੇਸ਼ ਜਿਹੜੇ ਜੁਲਾਈ ਐਂਡ ਤੇ ਲਾਗੂ ਹੋ ਸਕਦੇ ਸੀਗੇ ਉਹਨਾਂ ਨੂੰ ਅਸੀਂ ਸਤੰਬਰ ਤੱਕ ਟਾਲਣ ਦੇ ਵਿੱਚ ਕਾਮਯਾਬ ਹੋ ਸਕੇ ਸੋ ਇਸ ਤੋਂ ਇਲਾਵਾ ਖੇਤੀ ਵਿਭਾਗਕਾਂ ਨੂੰ ਸਿੱਧੇ ਤੌਰ ਤੇ ਸਹਾਇਤਾ ਕਰਨ ਲਈ ਜਲ ਸਰੋਤ ਅਤੇ ਸਿੰਚਾਈ ਸਲਾਹਕਾਰਾਂ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਨ੍ਹਾਂ ਦੀ ਕਿ ਇਹਨਾਂ ਸਲਾਹਕਾਰਾਂ ਦੀ ਵਰਤੋਂ ਪਾਣੀ ਦੀ ਵਰਤੋਂ ਅਤੇ ਸਿੰਚਾਈ ਪ੍ਰਣਾਲੀ ਨੂੰ ਵਧੀਆ ਬਣਾਉਣ ਸੰਬੰਧੀ ਜਾਣਕਾਰੀ ਸਾਂਝੀ ਕਰਨ ਲਈ ਕੀਤਾ ਜਾਏਗੀ ਇਨਾਂ ਦੀ ਵਰਤੋਂ ਸਿੰਚਾਈ ਸਲਾਹਕਾਰਾਂ ਦੀ ਸਾਨੂੰ ਸਹਾਇਤਾ ਮਿਲੇਗੀ ਸਿੰਚਾਈ ਸਮਸਾਰਨੀ ਰਾਹੀਂ ਤਾਲਮੇਲ ਬਿਠਾਉਣ ਦੇ ਵਿੱਚ ਇਸ ਤੋਂ ਇਲਾਵਾ ਇਹ ਸਿੰਚਾਈ ਸਲਾਹਕਾਰ ਸਾਨੂੰ ਭਾਈਚਾਰੇ ਤੇ ਆਧਾਰਿਤ ਹੱਲਾਂ ਲਈ ਸਹਿਯੋਗ ਕਰਨ ਦੇ ਵਿੱਚ ਮਦਦ ਮਿਲਣਗੇ ਸੋ ਸੋਕੀ ਤਰ੍ਹਾਂ ਖੇਤੀਬਾੜੀ ਦੀ ਮਦਦ ਲਈ ਜਿਵੇਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿਸਾਨਾਂ ਦੀ ਮਾਨਸਿਕ ਸਿਹਤ ਤੇ ਦੇ ਲਈ ਸਹਾਇਤਾ ਦਾ ਧਿਆਨ ਰੱਖਿਆ ਗਿਆ ਉਸ ਲਈ ਐਗ ਸੇਫ ਬੀਸੀ ਦੇ ਮਾਨਸਿਕ ਤੰਦਰੁਸਤੀ ਸਰੋਤ ਅਤੇ ਤੰਦਰੁਸਤੀ ਪ੍ਰੈਕਟਿਸ਼ਨਰਾਂ ਦੀ ਮਦਦ ਲਈ ਜਾ ਸਕਦੀ ਹੈ ਇਸ ਤੋਂ ਇਲਾਵਾ ਡੂ ਮੋਰ ਐਗਰੀਕਲਚਰ ਫਾਊਂਡੇਸ਼ਨ ਸਰੋਤ ਉਦਾਹਰਨ ਵਜੋਂ ਐਗਟਾਕ ਜਾਂ ਪਾਈਵੰਦ ਤੋਂ ਪਾਈਵੰਦ ਦੀ ਸਹਾਇਤਾ ਦੇ ਲਈ ਤੁਸੀਂ ਲੈ ਸਕਦੇ ਹੋ ਜੇ ਆਪਾਂ ਕਿਸੇ ਆਪਣੇ ਫਸਲਾਂ ਦਾ ਜਾਂ ਪਸ਼ੂਆਂ ਨੂੰ ਨੁਕਸਾਨ ਹੋਣ ਤੋਂ ਬਾਅਦ ਆਪਾਂ ਨੂੰ ਮਾਨਸਿਕ ਤਣਾਅ ਹੋ ਰਿਹਾ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਐਗਸੇਫ ਬੀਸੀ ਤੇ ਡੂ ਮੋਰ ਐਗਰੀਕਲਚਰ ਫਾਊਂਡੇਸ਼ਨ ਨਾਲ ਸੰਪਰਕ ਸਾਦੀਏ ਤੇ ਉਹਨਾਂ ਦੀਆਂ ਸਭਾਵਾਂ ਦੀ ਆਪਾਂ ਸਹੂਲਤ ਲਈਏ ਸੋ ਸੋਕੇ ਤੋਂ ਮਾਰ ਤੁਰ ਕਵਰੀ ਲਈ ਖੇਤੀ ਦੀ ਸਹਾਇਤਾ ਲਈ ਖੇਤੀਬਾੜੀ ਭਾਗ ਵੱਲੋਂ ਵੱਖ-ਵੱਖ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਵਿੱਚ ਵਿੱਤੀ ਸਹਾਇਤਾ ਮਿਲਦੀ ਹੈ ਤਾਂ ਉਹਨਾਂ ਦੋ ਮੁੱਖ ਪ੍ਰੋਗਰਾਮ ਉਤਪਾਦਨ ਬੀਮਾ ਅਤੇ ਖੇਤੀ ਸਥਿਰਤਾ ਸੋ ਫਸਲ ਉਤਪਾਦਨ ਬੀਮਾ ਜਿਹੜਾ ਇਹਦੇ ਵਿੱਚ ਕੀ ਹੁੰਦਾ ਵੀ ਕੁਦਰਤੀ ਖਤਰਿਆਂ ਦੇ ਕਾਰਨ ਫਸਲਾਂ ਜਾਂ ਵਸਤੂਆਂ ਦਾ ਨਾਲ ਸੰਬੰਧਿਤ ਉਤਪਾਦਨ ਦੇ ਨੁਕਸਾਨ ਦੇ ਵਿੱਤੀ ਪ੍ਰਭਾਵਾਂ ਤੋਂ ਬਚਣ ਲਈ ਫਸਲ ਨੂੰ ਸੁਰੱਖਿਆ ਬੀਮਾ ਪ੍ਰਦਾਨ ਕੀਤਾ ਜਾਂਦਾ ਹੈ ਇਸ ਦੇ ਵਿੱਚ ਇਹ ਹੁੰਦਾ ਵੀ ਜੇਕਰ ਸੋਕਾ ਪੈ ਗਿਆ ਜਾਂ ਗੜੇ ਪੈ ਗਏ ਜਾਂ ਕੋਰੇ ਕਰਕੇ ਆਪਣਾ ਫਸਲ ਦਾ ਨੁਕਸਾਨ ਹੋ ਗਿਆ ਤਾਂ ਆਪਣਾ ਕ੍ਰੌਪ ਇੰਸ਼ੋਰੈਂਸ ਦੇ ਵਿੱਚ ਉਹ ਜਿਹੜਾ ਫਸਲ ਦਾ ਨੁਕਸਾਨ ਉਹਨੂੰ ਕਵਰ ਕੀਤਾ ਜਾਂਦਾ ਤੇ ਇਹ ਕਿਸਾਨ ਭਰਾਵਾਂ ਨੂੰ ਖੇਤੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਖੇਤੀ ਸਥਿਰਤਾ ਜਾਨੀ ਕਿ ਐਗਰੀ ਸਟੇਬਿਲਟੀ ਪ੍ਰੋਗਰਾਮ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਹਾਲਾਤਾਂ ਕਰਕੇ ਖੇਤੀ ਆਮਦਨ ਵਿੱਚ ਜੇ ਵੱਡੀ ਘਾਟਾ ਆ ਜਾਂਦੀ ਹੈ ਤਾਂ ਉਸ ਦੇ ਸਮੇਂ ਕਿਸਾਨਾਂ ਦੀ ਬਦਲ ਕਰਨ ਲਈ ਇਹ ਪ੍ਰੋਗਰਾਮ ਹੈ ਤੁਸੀਂ ਹੋਰ ਜਾਣਕਾਰੀ ਲਈ ਉਤਪਾਦਨ ਬੀਮਾ ਕਿਸੇ ਵੀ ਖੇਤੀਬਾੜੀ ਮੰਤਰਾਲੇ ਅਤੇ ਖਰਾਬ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ ਜਾਂ ਖੇਤੀਬਾੜੀ ਸਹਾਇਤਾ ਲਈ ਤੁਸੀਂ ਟੋਲ ਫਰੀ ਨੰਬਰ 18773472768 ਤੇ ਕਾਲ ਕਰ ਸਕਦੇ ਹੋ ਬਾਕੀ ਸਾਰੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਬੇਨਤੀ ਹੈ ਵੀ ਤੁਸੀਂ ਖੇਤੀਬਾੜੀ ਵਿਭਾਗ ਦੇ ਨਾਲ ਜੁੜੋ ਤੇ ਐਗਰੀ ਸਰਵਿਸ ਬੀਜੀ ਤੇ ਆਪਣੇ ਖੇਤਰੀ ਵਿਗਿਆਨੀ ਨਾਲ ਸੰਪਰਕ ਕਰੋ ਐਗਰੀ ਸਰਵਿਸ ਬੀਸੀ ਦਾ ਨੰਬਰ ਹੈਗਾ 18882217143 ਤੇ ਤੁਸੀਂ ਜਿਹੜਾ ਈ ਬੁਲੇਟਿਨ ਆ ਉਹਨੂੰ ਸਬਸਕ੍ਰਾਈਬ ਕਰਨ ਲਈ ਉਹਨੂੰ ਲਵਾਉਣ ਲਈ ਇਹ ਕੋਡ ਸਕੈਨ ਕਰ ਸਕਦੇ ਹੋ ਉੱਪਰ ਵਾਲਾ ਤੇ ਜੇ ਤੁਸੀਂ ਫੇਸਬੁੱਕ ਦੇ ਨਾਲ ਹੀ ਜੁੜਨਾ ਚਾਹੁੰਦੇ ਤਾਂ ਥੱਲੇ ਵਾਲਾ ਕੋਡ ਸਕੈਨ ਕਰ ਸਕਦੇ ਹੋ ਸੋ ਡਰਾਉਟ ਇਨ ਐਗਰੀਕਲਚਰ ਵੈਬਸਾਈਟ ਆ ਜਿਹੜੀ ਉਸ ਤੇ ਉੱਪਰ ਜਾ ਕੇ ਤੁਹਾਨੂੰ ਖੇਤੀਬਾੜੀ ਅਤੇ ਦੇ ਸੋਕੇ ਦੇ ਨਾਲ ਖੇਤੀਬਾੜੀ ਤੇ ਪੈੰਦੇ ਪ੍ਰਭਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਸੋ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ ਬਹੁਤ ਬਹੁਤ ਧੰਨਵਾਦ